ਡਟਾਗੀ ਸਤਿਗੁਰ ਸਿਖਰ ਕੋ ਨਾਮ ਧੰਨ ਰੇ ਸਤਿਗੁਰ ਸਿਖਰ ਕੋ ਨਾਮ ਧੰਨ ਰੇ ਵਾਹਿਗੁਰੂ ਸਭ ਤੋਂ ਵੱਡੇ ਪਾ ਸਭਦੋਂ ਵੱਡੇ ਪਾਗ ਗੁਰ ਸੇ ਸਭਦੋਂ ਵੱਡੇ ਪਾਗ ਗੁਰ ਸੇ ਸਭ ਤੋਂ ਵੱਡੇ ਪਾਗ ਗੁਰ ਸੇਖਾਂ ਸਭ ਤੋਂ ਵੱਡੇ ਪਾਗ ਗੁਰ ਸੇਖਾਂ ਸਭ ਤੋਂ ਵੱਡੇ ਪਾਗ ਗੁਰ ਸੇਖਾਂ ਸਭ ਤੋਂ ਵੱਡੇ ਪਾਗ ਗੁਰ ਸਭ ਤੋਂ ਵੱਡੇ ਪਾਗ 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 ਗੁਰ ਸੇਖਾਂ ਤੇ ਸਭ ਤੋਂ ਵੱਡੇ ਪਾਗ
ਸਤਨਾਮ ਸ੍ਰੀ ਵਾਹਿਗੁਰੂ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗੁਰ ਪ੍ਰਸਾਦ ਜਪ ਆਦ ਸਚ ਯੁਗਾਦ ਸਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਪੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਬਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣ ਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਅਜੂਨੀ ਤੇਗ ਬਹਾਦਰ ਰਾਈ ਸਹਿ ਭੰਗ ਗੁਰ ਦਸ਼ਮੇਸ਼ ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨ ਗੁਰੂ ਗ੍ਰੰਥ ਕਲਯੁਗ ਭਇਓ ਗੁਰੂ ਗ੍ਰੰਥ ਕਲਯੁਗ ਭਇਓ ਬਾਣੀ ਗੁਰੂ ਗੁਰੂ ਹੈ ਬਾਣੀ ਗੁਰੂ ਗ੍ਰੰਥ ਕਲਯੁਗ ਭਇਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਗੁਰੂ ਗ੍ਰੰਥ ਕਲਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ ਦਸ ਪਾਤਸ਼ਾਹੀਆਂ ਰੂਪ ਇਹੋ ਦਸ ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਨ ਆਪਨ ਪਉ ਸ੍ਰੀ ਖਾਲਸਹਿ ਸੁੰਪ ਦੁਤੀ ਰੂਪ ਸਤਿਗੁਰੂ ਗ੍ਰੰਥ ਬੋਲਣ ਸਤਿਗੁਰ ਸ਼ਬਦ ਸੰਭਾਕਨ ਨਾਮ ਗੋਬਿੰਦ ਕੀਰਤਨ ਗੁਣਨ ਬਾਦ ਫੁਨ ਸਿਫਤ ਸਲਾਹਨ ਉਠਤ ਬੈਠਤ ਸੈਨ ਕਰਨ ਪਾਵਨ ਪੰਥ ਖਾਲਸਹਿ ਪ੍ਰਗਟਿਓ ਚਾਰ ਵਰਣ ਚਾਰ ਅਵਸਰਨ ਸੁਪੰਸ ਚਾਰ ਵਰਣ ਚਾਰ ਆਸਣ ਸੁਭ ਪੰਥ
ਇਨਕੇ ਦਰਸ ਸਤਿਗੁਰ ਕੋ ਦਰਸਨ। ਚਾਰ ਵਰਨ ਆਸ਼ਰਮ ਸੁਭ ਪੰਥਾ, ਇਨਕੇ ਦਰਸ ਸਤਿਗੁਰ ਕੋ ਦਰਸਨ, ਇਨਕੇ ਦਰਸ ਸਤਿਗੁਰ ਕੋ ਦਰਸਨ। ਬੋਲਣ ਗੁਰੂ ਸ਼ਬਦ ਗੁਰ ਗ੍ਰੰਥ, ਦੁਆਦਸ ਰੂਪ ਸਤਿਗੁਰ ਇਹ ਕਹੀਅਤ, ਦੁਆਦਸ ਪਾਨ ਪ੍ਰਗਟ ਹਰ ਸੰਤਾ, ਪ੍ਰਤੱਖ ਕਲਾ ਪਾਰ ਬ੍ਰਹਮ ਤਣੀ ਚੈ, ਗ੍ਰੰਥ ਪੰਥ ਖਾਲਸ ਵਰ ਤੰਤਾ, ਦਾਸ ਗੋਬਿੰਦ ਫਤਿਹ ਸਤਿਗੁਰੂ ਕੀ, ਦਾਸ ਗੋਬਿੰਦ ਫਤਿਹ ਸਤਿਗੁਰੂ ਕੀ, ਖਾਸ ਗ੍ਰੰਥ ਗੁਰ ਰੂਪ ਵਦੰਤਾ, ਖਾਸ ਗ੍ਰੰਥ ਗੁਰ ਰੂਪ ਵਦੰਤਾ, ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨਾ, ਵਾਹਿਗੁਰੂ ਬੰਦਨ ਭਗਵਾਨਾ, ਵਾਹਿਗੁਰੂ ਬੰਦਨ ਭਗਵਾਨਾ, ਵਾਹਿਗੁਰੂ 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 ਵਾਹਿਗੁਰੂ
ਸਤਿਗੁਰ ਨਾਨਕ ਜਗਤ ਵਿੱਚ ਆਇਆ ਧਰਤੀ ਦੀ ਪੁਕਾਰ ਸੁਣ ਆਇਆ ਦੀ ਪੁਕਾਰ ਸੁਣ
ਨਾਨਕ ਪ੍ਰਗਟਿਆ। ਸੁਣੀ ਪੁਕਾਰ ਦਾਤਾਰ ਪ੍ਰਭ, ਗੁਰ ਨਾਨਕ ਜਗ ਮਾਹੇ ਪਠਾਇਆ, ਸਤਿਗੁਰ ਨਾਨਕ ਪ੍ਰਗਟਿਆ। ਸੁਣੀ ਪੁਕਾਰ ਦਾ ਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ, ਚਰਨ ਧੋਈ ਰਹਿ ਰਾਸ ਕਰ, ਚਰਨਾਮਤ ਸਿੱਖਾਂ ਪਿਲਾਇਆ, ਪਾਰ ਬ੍ਰਹਮ ਪੂਰਨ ਬ੍ਰਹਮ, ਕਲਯੁਗ ਅੰਦਰ ਇੱਕ ਦਿਖਾਇਆ, ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ, ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗ ਵਰਤਾਇਆ, ਉਲਟਾ ਖੇਲ ਪਿਰਮ ਦਾ ਪੈਰਾਂ ਉੱਪਰ ਸੀਸ ਨਵਾਇਆ, ਕਲਯੁਗ ਬਾਬੇ ਤਾਰਿਆ, ਕਲਯੁਗ ਬਾਬੇ ਤਾਰਿਆ, ਸਤਨਾਮ ਪੜ ਮੰਤਰ ਸੁਣਾਇਆ, ਕਲ ਤਾਰਨ ਗੁਰੂ ਨਾਨਕ ਆਇਆ, ਕਲ ਤਾਰਨ ਗੁਰੂ ਨਾਨਕ ਆਇਆ। ਸਤਿਗੁਰ ਨਾਨਕ ਜਗਤ ਵਿੱਚ ਆਇਆ, ਜਾਗੇ ਤੇਰੇ ਪਾਗ ਪੂਮੇ, ਨਾਨਕ ਜਗਤ ਵਿੱਚ ਆਇਆ, ਜਾਗੇ ਤੇਰੇ ਪਾਗ ਪੂਮੇ, ਗੁਰੂ ਨਾਨਕ ਜਗਤ ਵਿੱਚ ਆਇਆ। ਆਇਆ
ਸਾਰੀਆਂ ਸੰਗਤਾਂ ਗੁਰੂ ਪਿਆਰ ਵਿੱਚ ਆ ਕੇ ਫਤਿਹ ਵਿੱਚ ਸਾਂਝ ਪਾਓ ਜੀ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੱਸੋ ਪਾਤਸ਼ਾਹੀਆਂ ਕੀ ਆਤਮਿਕ ਜੋਤ, ਗੁਰ ਤਖਤ ਦੇ ਸਵਾਏ ਮਾਨ ਚਬਰ ਛਤਰ ਤਖਤ ਦੇ ਮਾਲਕ ਸਤਿਗੁਰੂ ਗੁਰੂ ਨਾਨਕ ਦੇ ਗਿਆਰਵੇਂ ਸਰੂਪ ਪਾਤਸ਼ਾਹ ਦੇ ਪਾਤਸ਼ਾਹ ਗੁਰੂਆਂ ਦੇ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਚਾਰ ਯੁੱਗਾਂ ਦੇ ਇਤਿਹਾਸ ਵਿੱਚ ਕੋਈ ਗ੍ਰੰਥ ਗੁਰੂ ਨਹੀਂ ਬਣੇ, ਸੰਸਾਰ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਸੀ ਕਿ ਗੁਰੂ ਗ੍ਰੰਥ ਕਲਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ। ਦਸ ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਨ, ਉਸ ਗੁਰੂ ਦੀ ਪਾਵਨ ਹਜ਼ੂਰੀ ਵਿੱਚ ਅੱਜ ਪੰਜਵੇਂ ਦਿਨ ਇਹ ਭਾਗਾਂ ਵਾਲਾ ਨਗਰ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਨੇ ਆਪਣੇ ਮੁਬਾਰਕ ਚਰਨ ਪਾਏ, ਮੰਜੀ ਸਾਹਿਬ ਗੁਰਦੁਆਰਾ ਕੁਲਾਲ ਦੀਆਂ ਸੰਗਤਾਂ ਭਾਗਾਂ ਵਾਲੀਆਂ ਨੇ, ਨਗਰ ਭਾਗਾਂ ਵਾਲਾ ਹੈ, ਇਹ ਗੁਰਮੁਖ ਸੇਵਾਦਾਰ ਭਾਗਾਂ ਵਾਲੇ ਨੇ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕਿਹੋ ਜਿਹੇ, ਗੁਰਸਿੱਖਾਂ ਦੇ ਹੀ ਭਾਗ ਵੱਡੇ ਨੇ। ਆਪਣੇ ਨਗਰ ਦੀ ਭਲਾਈ ਵਾਸਤੇ, ਇਲਾਕੇ ਦੀ ਭਲਾਈ ਵਾਸਤੇ, ਸੜਦੇ ਵਲਦੇ ਸੰਸਾਰ ਵਿੱਚ ਇੱਕ ਬਾਣੀ ਦੀ ਵਰਖਾ ਤੋਂ ਬਿਨਾਂ ਕਿਤੇ ਠੰਡ ਨਹੀਂ ਹੈ, ਹੋ ਸ਼ਾਂਤੀ ਹੈ ਤਾਂ ਇਸ ਸਤਿਗੁਰਾਂ ਦੀ ਬਾਣੀ। ਬਾਣੀ ਦਾ ਕੀਰਤਨ, ਬਾਣੀ ਦੀ ਕਥਾ, ਬਾਣੀ ਦਾ ਪਾਠ, ਤਿੰਨੇ ਰੂਪ ਹਨ ਬਾਣੀ ਦਾ ਲਾਹਾ ਲੈਣ ਵਾਸਤੇ। ਗੁਰਮੁਖ ਪਿਆਰੇ ਰਾਗੀ ਸਿੰਘ ਸਾਹਿਬਾਨ ਹਰ ਸਾਲ ਹੀ ਰਸ ਪਿੰਨਾ ਕੀਰਤਨ ਸੁਣਾਉਂਦੇ ਆ, ਇਸ ਵਾਰ ਵੀ ਬੜੀ ਡਿਊਟੀ ਨਿਭਾਈ ਆ ਗੁਰਮੁਖਾਂ ਨੇ। ਸੋ ਦੀਵਾਨ ਜੋ ਸਮਾਂ ਨਿਸ਼ਚਿਤ ਹੋਇਆ ਸੀ ਇਸ ਪੰਡਾਲ ਦਾ, ਇਸ ਵਾਰੀ ਦਾ, ਇਹ ਅਖੀਰਲਾ ਦੀਵਾਨ ਹੈ। ਅਰਦਾਸ ਮੁੱਖ ਵਾਕ ਤੋਂ ਉਪਰੰਤ ਸਮਾਪਤੀ ਹੋਏਗੀ। ਮਨ ਬਿਰਤੀਆਂ ਇਕਾਗਰ ਕਰੋ, ਕਿਉਂਕਿ ਜੋ ਕੁਝ ਸਮਝਣਾ ਹੈ ਉਹ ਮਨ ਨਹੀਂ ਸਮਝਣਾ, ਜੋ ਕੁਛ ਵੀ ਹੈ ਸਭ ਕੁਛ ਮਨ ਨੂੰ ਸਮਝਾਉਣ ਵਾਸਤੇ ਹੈ। ਮਨ ਸਮਝਾਵਨ ਕਾਰਨੇ ਕਛੂਅਕ ਫੜੀ ਹੈ ਗਿਆਨ,
ਮਨ ਨੂੰ ਸਮਝਾਉਣ ਵਾਸਤੇ। ਪੱਖ ਦੂਸਰਾ ਵੀ ਹੈ ਗੁਰੂ ਸਾਹਿਬਾਨਾਂ ਦਾ, ਇਹ ਵੀ ਫਰਮਾਨ ਹੈ, ਮਨ ਮੂਰਖ ਅਜੋ ਨਹੀਂ ਸਮਝਤ ਸਿੱਖ ਦੇ ਹਾਰਿਓ ਨੀਤ। ਇਹ ਜਲਦੀ ਜਲਦੀ ਤਾਂ ਸਿੱਖਿਆ ਨਹੀਂ ਲੈਣ ਵਾਲਾ, ਪਰ ਕੋਸ਼ਿਸ਼ ਕਰੋ। ਜਿਵੇਂ ਦੀਵਾਨਾਂ ਦਾ ਬੰਨਿਆ ਸਮਾਂ ਮੁੱਕ ਗਿਆ, ਜ਼ਿੰਦਗੀ ਦਾ ਵੀ ਸਮਾਂ ਬੰਨਿਆ ਹੋਇਆ ਹੈ, ਇਹਨੇ ਵੀ ਮੁੱਕਣਾ। ਇੱਕ ਇੱਕ ਛਿਨ ਕਰਕੇ ਜ਼ਿੰਦਗੀ ਸਾਡੀ ਮੁੱਕ ਰਹੀ ਹੈ। ਜਿਸ ਦਿਨ ਅਸੀਂ ਪਹਿਲਾਂ ਸਵਾਸ ਲਿਆ ਸੀ ਮਾਤਾ ਦੇ ਉਦਰ ਤੋਂ ਬਾਹਰ ਆ ਕੇ, ਉਹ ਸਾਡੀ ਜ਼ਿੰਦਗੀ ਦੀ ਆਰੰਭਤਾ ਸੀ। ਜ਼ਿੰਦਗੀ ਦੀ ਸ਼ੁਰੂਆਤ ਉੱਥੋਂ ਹੈ। ਉਦੋਂ ਤੋਂ ਸਵਾਸ ਖਰਚਣੇ ਸ਼ੁਰੂ ਕੀਤੇ ਨੇ ਅਸੀਂ, ਸਵਾਸਾਂ ਦੇ ਨਾਲ ਇਹ ਜ਼ਿੰਦਗੀ ਮੁੱਕਣੀ ਸ਼ੁਰੂ ਹੋ ਗਈ। ਹਰ ਸਵਾਸ ਮੌਤ ਦੇ ਨੇੜੇ ਲਈ ਜਾ ਰਿਹਾ ਹੈ, ਹਰ ਸਵਾਸ ਇੱਕ ਕਦਮ ਬਣਿਆ ਹੋਇਆ ਹੈ। ਕਦਮ ਕਿਹੋ ਜਿਹੇ ਕਦਮ ਹਨ? ਸੁੱਤੇ ਪਿਆਂ ਵੀ ਪੁੱਟੇ ਜਾ ਰਹੇ ਨੇ, ਸਵਾਸ ਸੁੱਤੇ ਪਿਆਂ ਵੀ ਆ ਰਹੇ ਨੇ। ਇਹ ਮੌਤ ਦੇ ਕਦਮ ਨੂੰ ਸਵਾਸ ਨਹੀਂ, ਹਰ ਕਦਮ ਮੌਤ ਦੀ ਦੂਰੀ ਨੂੰ ਖਤਮ ਕਰ ਰਿਹਾ ਹੈ। ਮੌਤ ਨੇੜੇ ਆ ਰਹੀ ਹੈ ਅਤੇ ਉਹ ਵੀ ਸਮਾਂ ਦੂਰ ਨਹੀਂ ਹੋਏਗਾ ਜਦੋਂ ਆਖਰੀ ਸਵਾਸ ਸਾਡੇ ਮੁੱਖ ਵਿੱਚ ਹੋਏਗਾ, ਜ਼ਿੰਦਗੀ ਖਤਮ ਹੋ ਜਾਏਗੀ। ਇਹਨੂੰ ਲੇਖੇ ਲਾਉਣ ਵਾਸਤੇ ਸਤਸੰਗਤ ਹੈ। ਸੰਗਤ ਦੇ ਵਿੱਚ ਪਰਮੇਸ਼ੁਰ ਆਪ ਵਾਹਿਗੁਰੂ ਵਰਤ ਰਿਹਾ ਹੈ। ਵਿੱਚ ਸੰਗਤ ਹਰ ਪ੍ਰਭ ਵਰਤਦਾ, ਬੁੱਝ ਹੋ ਕਰ ਵਿਚਾਰ। ਕਿਰਤ ਸੰਜੋਗੀ ਪਿਆ ਭਾਲ, ਸਾਧ ਸੰਗਤ ਮਹਿ ਵਸੈ ਗੋਪਾਲ। ਸਾਧ ਸੰਗਤ ਦੇ ਵਿੱਚ ਵਾਹਿਗੁਰੂ ਵਸਦਾ। ਸੋ ਇਹ ਤਾਂ ਹੈ ਫਿਕਰ ਵਾਲੀ ਬਾਤ। ਆਪਾਂ ਸਾਰੇ ਆਪਣੀ ਆਪਣੀ ਮੁੱਕਦੀ ਜ਼ਿੰਦਗੀ ਦਾ ਥੋੜ੍ਹਾ ਜਿਹਾ ਖਿਆਲ ਕਰੀਏ। ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਪ ਘਟੈ ਇਹ ਘਟ ਰਹੀ ਹੈ, ਤਨ ਛੀਜੈ ਤਨ ਕਮਜ਼ੋਰ ਹੋ ਰਿਹਾ। ਮਾਣ ਕਿਸ ਗੱਲ ਦਾ? ਅਨਕ ਯਤਨ ਕਰ ਕਾਇਆ ਪਾਲੀ, ਸਰੀਰ ਨੂੰ ਅਨੇਕਾਂ ਯਤਨ ਦੁੱਧ ਮਲਾਈਆਂ ਮੱਖਣਾਂ ਦੇ ਨਾਲ ਪਾਲਣਾ ਕਰ ਰਹੇ ਹਾਂ। ਮਰਤੀ ਬਾਰ ਅਗਨ ਸੰਗਜਾ, ਆਹਾਰ ਅੱਗ ਦਾ ਹੀ ਹੈ, ਜਿੰਨਾ ਮਰਜ਼ੀ ਨੂੰ ਵਧਾ ਕੇ ਦੇ ਦਿਓ ਅੱਗ ਨੂੰ। ਇਮਾਨ ਤਾਂ ਅੱਗ ਦੀ ਹੈ, ਅੱਗ ਦੇ ਵਿੱਚ ਹੀ ਪੈਣੇ। ਉਸਨੇ ਇਹ ਗੱਲ ਦੱਸਣ ਵਾਸਤੇ ਸਤਿਗੁਰੂ ਦਾ ਰੂਪ ਧਾਰਨ ਕਰਕੇ ਆਪ ਪਰਮੇਸ਼ਰ ਨੇ ਸੰਸਾਰ ਵਿੱਚ ਜਿਹੜੇ ਗੁਰੂ ਬਣੇ ਬੈਠੇ ਸੀ, ਕਹਾ ਰਹੇ ਸਨ ਗੁਰੂ ਵਾਲੇ ਲਕਸ਼ਣ ਨਹੀਂ ਸਨ। ਗੁਰੂ ਦੀ ਪਰਿਭਾਸ਼ਾ ਕੀਤੀ ਹੈ ਅਧਿਆਤਮ ਰਮਾਇਣ ਵਿੱਚ,
ਗੁਰੂ ਦੀ ਪਰਿਭਾਸ਼ਾ ਕੀਤੀ ਹੈ ਤੁਲਸੀ ਰਮਾਇਣ ਵਿੱਚ, ਗੁਰੂ ਕੀ ਪਰਿਭਾਸ਼ਾ ਕੀਤੀ ਹੈ ਗਿਆਨ ਸੁੰਦਰੀਕ ਗ੍ਰੰਥ ਵਿੱਚ, ਤਿੰਨ ਗ੍ਰੰਥਾਂ 'ਚ ਗੁਰੂ ਦੀ ਪਰਿਭਾਸ਼ਾ, ਉਹਦੇ 'ਚ ਬੜੀਆਂ ਗੁਰੂ ਦੀਆਂ ਕਿਸਮਾਂ ਦੱਸੀਆਂ ਹੋਈਆਂ ਨੇ, ਅੱਠ ਅੱਠ ਕਿਸਮ ਦੇ ਗੁਰੂ ਵੀ ਦੱਸੇ ਹੋਏ, ਕਿਹੜਾ ਗੁਰੂ ਕਿਹੋ ਜਿਹੀ ਕਿਸਮ ਦਾ ਹੁੰਦਾ। ਗੁਰਬਾਣੀ ਦੇ ਵਿੱਚ ਕੋਈ ਐਸੀ ਬਾਤ ਨਹੀਂ ਜਿਹੜੀ ਪੂਰੀ ਸਤਿਗੁਰਾਂ ਨੇ ਨਾ ਖੋਲ੍ਹੀ ਹੋਵੇ। ਇਹੋ ਜਿਹੇ ਵਿਸ਼ੇ ਕੇਵਲ ਕਥਾ ਨਾਲ ਸੰਬੰਧਿਤ ਹੋਇਆ ਕਰਦੇ ਨੇ। ਜਦੋਂ ਸੰਸਾਰ ਦੇ ਵਿੱਚ ਗੁਰੂ ਕਹਾਉਣ ਵਾਲੇ ਜਿਹੜੇ ਸਨ, ਉਹਨਾਂ ਦੇ ਵਿੱਚ ਗੁਰੂ ਦੀ ਬਾਤ ਢੁੱਕੀ ਨਹੀਂ, ਅਤੇ ਪਰਮਾਤਮਾ ਨੂੰ ਆਪ ਫਿਰ ਗੁਰੂ ਵਾਲਾ ਰੋਲ ਅਦਾ ਕਰਨਾ ਪਿਆ। ਮਤਾਂ ਸਮਝਿਓ ਕਿ ਕੇਵਲ ਗੁਰੂ ਸੀ ਇਹ ਭੁਲੇਖੇ ਦੀ ਬਾਤ ਹੋਏਗੀ। ਗੁਰਬਾਣੀ ਤਾਂ ਵੈਸੇ ਕੋਈ ਭੁਲੇਖਾ ਛੱਡਿਆ ਨਹੀਂ, ਗੁਰ ਪਰਮੇਸ਼ਰ ਏਕੋ ਜਾਨ, ਉਸ ਪਰਮੇਸ਼ਰ ਨਿਰਾਕਾਰ ਦਾ ਸਾਕਾਰ ਰੂਪ ਹੈ ਗੁਰੂ। ਗੁਰੂ ਕੀ ਹੈ? ਵਿਆਪਕ ਰੂਪ ਵਿੱਚ ਪਰਮਾਤਮਾ, ਉਸੇ ਨੂੰ ਵਿਆਪਕ ਰੂਪ ਵਿੱਚ ਪਰਮਾਤਮਾ ਕਹਿੰਦੇ, ਨਿਰਾਕਾਰ ਆਕਾਰ ਤੋਂ ਰਹਿਤ ਰੂਪ ਦੇ ਵਿੱਚ ਪਰਮਾਤਮਾ, ਤੇ ਸਰਗੁਣ ਸਰੂਪ ਦੇ ਵਿੱਚ ਆਇਆ ਉਦੋਂ ਗੁਰੂ ਨਾਨਕ ਹੈ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰੇ, ਅਨਕ ਰਹਿਤ ਪਰਮਾਤਮਾ ਜੋਈ ਨਾਨਕ ਨਾਮ ਕਹਾਵੈ। ਸੋ ਗੁਰਪੁਰਬ ਨੇੜੇ ਆਏ, ਇਸ ਲਈ ਭਾਵੇਂ ਦਰਸ਼ਨਾਂ ਦੀ ਬਾਤ ਚੱਲਦੀ ਸੀ ਦੋ ਤਿੰਨ ਦਿਨਾਂ ਦੀ, ਦਾਸ ਦੇ ਮਨ ਵਿੱਚ ਇਹ ਸੰਕਲਪ ਉਟਕੜਿਆ ਵੀ ਗੁਰਪੁਰਬ ਤਾਂ ਨੇੜੇ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਤ ਵੀ ਕੋਈ ਕਰਨੀ ਚਾਹੀਦੀ ਹੈ। ਭਾਵੇਂ ਦਸੇ ਜਾਮੇ ਗੁਰੂ ਨਾਨਕ ਦੇ, ਜਾਮਿਆਂ ਦੇ ਅਲੱਗ ਅਲੱਗ ਨਾਂ, ਇਹ ਗੁਰੂ ਦੀ ਇੱਕ ਸਰੀਰ ਰੂਪ ਪ੍ਰਕਾਸ਼, ਇਹ ਪੁਸ਼ਾਕ ਸੀ ਜਿਹਦਾ ਨਾਮ ਅੰਗਦ ਸੀ, ਅਮਰਦਾਸ ਗੁਰੂ ਉਹੀ ਪਦ। ਇਹ ਤਾਂ ਗੁਰੂ ਦੇ ਆਪਣੇ ਦੇਹ ਦੇ ਜਾਮੇ ਨੇ, ਗੁਰੂ ਨਾਨਕ ਜਿਨ੍ਹਾਂ ਦੀ ਬਾਬ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਸੰਸਾਰ ਦੀ ਅਜਿਹੀ ਹਾਲਤ ਹੋ ਗਈ ਸੀ, ਕਲ ਕਾਤੀ ਰਾਜੇ ਕਾ ਸਾਈ। ਭਾਈ ਗੁਰਦਾਸ ਕਹਿੰਦੇ ਨੇ, ਕਲ ਆਈ ਕੁੱਤੇ ਮੂਹੀ, ਖਾਜ ਹੋਆ ਮੁਰਦਾਰ ਗਸਾਈ, ਰਾਜੇ ਪਾਪ ਕਮਾਮ ਦੇ ਉਲਟੀ ਬਾੜ ਖੇਤ ਤੋਂ ਪਾਈ। ਰਾਜਿਆਂ 'ਤੇ ਗਿਲਾ ਇਸ ਲਈ ਕੀਤਾ ਹੈ ਕਿ ਤੁਸੀਂ ਤਾਂ ਬਾੜ ਸੀ ਇਸ ਪਰਜਾ ਦੀ, ਤੁਸੀਂ ਬਾੜ ਹੀ ਖਾਣ ਲੱਗ ਗਈ ਖੇਤ ਨੂੰ। ਪਰਜਾ ਦੇ ਲਈ ਰਾਜਾ ਚਾਹੀਦਾ, ਰਾਜੇ ਦੇ ਲਈ ਪਰਜਾ ਨਹੀਂ ਹੋਇਆ ਕਰਦਾ, ਕੰਮ ਉਲਟ ਹੋ ਗਿਆ। ਰਾਜੇ ਪਾਪ ਕਮਾਮ ਦੇ ਉਲਟੀ ਬਾੜ ਖੇਤ, ਇਹ ਜਿਵੇਂ ਕੋਈ ਬਾੜ ਖੇਤ ਨੂੰ ਖਾਣ ਲੱਗ ਜਾਏ ਰਾਖੀ ਵਾਸਤੇ ਹੁੰਦੀ ਹੈ, ਇਹ ਪ੍ਰਮਾਣ ਦਿੱਤਾ ਭਾਈ ਸਾਹਿਬ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਪੁੱਛਿਆ, ਜੀ ਅਵਤਾਰ ਕਦੋਂ ਆਉਂਦਾ ਸੰਸਾਰ ਵਿੱਚ? ਕਹਿੰਦੇ, ਜਬ ਜਬ ਹੋਤ ਅਰਿਸ਼ਟ ਅਪਾਰਾ, ਤਬ ਤਰ ਦੇਹ ਧਰਤ ਅਵਤਾਰਾ। ਅਵਤਾਰ ਦੀ ਪਰਿਭਾਸ਼ਾ ਕੀ? ਅਵਤਾਰ ਰੱਖਤੀ ਅਵਤਾਰਾ,
ਬਿਪਤਾ ਦੇ ਵਿੱਚ ਜੀਵਾਂ ਦੀ ਜੋ ਸਹਾਇਤਾ ਕਰੇ ਉਹਦਾ ਨਾਮ ਅਵਤਾਰ ਹੈ। ਇਸ ਵਾਸਤੇ ਸੰਸਾਰ ਦੇ ਅੰਦਰ ਉਸ ਨਿਰਾਕਾਰ ਨੇ ਸਾਕਾਰ ਰੂਪ ਜਦੋਂ ਆਉਣਾ ਕੀਤਾ, ਉਹੀ ਚੇਤਨ ਸਰੂਪ ਵਿਆਪਕ ਸਰੂਪ ਨੇ ਪਰਮਾਤਮਾ ਨੇ ਫਿਰ ਗੁਰੂ ਨਾਨਕ ਕਹਾਇਆ। ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ, ਪਰਲੋਕ ਸੁਣਿਓ, ਵਿਦ ਲੋਕ ਸੁਣਿਓ, ਸਭ ਦਰਸ਼ਨ ਪਾਇਓ, ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗਾਇਓ। ਸੰਸਾਰ ਵਿੱਚ ਸਰਗੁਣ ਸਰੂਪ ਧਾਰਨ ਕਰਕੇ ਆਪ ਪਰਮੇਸ਼ਰ ਹੈ। ਕਰਤਾਰ ਪਰ ਕਰਤਾ ਵਸੈ ਸੰਤਨ ਕੈ ਪਾਸ, ਕਰਤਾ ਪੁਰਖ ਹੈ। ਆਪਣੀ ਵਾਕਫੀਅਤ ਆਪ ਦਿੱਤੀ ਥੋੜਾ ਜਿਹਾ ਓਹਲਾ ਕਰਕੇ। ਸਭ ਤੋਂ ਵੱਡਾ ਸਤਿਗੁਰ ਨਾਨਕ, ਗੁਰਬਾਣੀ ਦਾ ਫਰਮਾਨ ਹੈ। ਚਲੋ ਜਿਨ੍ਹਾਂ ਨੂੰ ਗੁਰੂ ਨਾਨਕ ਵੱਡਾ ਚੰਗਾ ਨਹੀਂ ਲੱਗਦਾ, ਉਹ ਬਸਰਾਮ ਗਲਤ ਲਵੀ ਲਾ ਕੇ ਆਪਣਾ ਕੰਮ ਸਾਰਦੇ ਆ। ਅਤੇ ਉਹ ਬਿਸਰਾਮ ਇੱਧਰ ਉੱਧਰ ਕਰਕੇ ਤਾਲਾ ਵੀ ਮਾਰਦੇ ਹਨ ਥੋੜ੍ਹਾ ਜਿਹਾ, ਵੀ ਸਭ ਤੋਂ ਵੱਡਾ ਸਤਿਗੁਰ ਨਾਨਕ ਨਾ ਕਹੋ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ। ਉਹ ਇਸ ਤਰ੍ਹਾਂ ਵੀ ਪਾਠ ਤੋੜ ਕੇ ਕਰਦੇ ਹੈ। ਉਹਨਾਂ ਨੇ ਦੇਹ ਧਾਰੀ ਨੂੰ ਸਤਿਗੁਰੂ ਕਹਿ ਕੇ ਸਤਿਗੁਰੂ ਵੱਡਾ ਰੱਖਣਾ, ਗੁਰੂ ਨਾਨਕ ਵੱਡਾ ਨਾ ਹੋ ਜਾਵੇ, ਇਹੋ ਜਿਹੀ ਚਲਾਕੀ ਨਹੀਂ ਕਰਦੇ। ਕੋਟ ਬ੍ਰਹਿਮੰਡ ਕੋ ਠਾਕਰ ਸੁਆਮੀ, ਸਰਵ ਜੀ ਆਕਾ ਦਾਤਾ ਰੇ, ਪ੍ਰਤ ਪਾ ਲੈ ਨਿਤ ਸਾਰ ਸੰਭਾਲੈ, ਇਹ ਗੁਣ ਨਹੀਂ ਮੂਰਖ ਜਾਤਾ ਰੇ। ਭਾਈ ਗੁਰਦਾਸ ਸਾਹਿਬ ਜੀ ਬੜਾ ਇੱਕ ਸੁੰਦਰ ਸਿਧਾਂਤ ਪ੍ਰਗਟ ਕਰਦੇ ਨੇ, ਆਪਣੀ ਥੋੜ੍ਹੇ ਜਿਹੇ ਅੱਖਰਾਂ ਦੇ ਵਿੱਚ ਵਿਆਖਿਆ ਕਰਦੇ ਨੇ ਗੁਰੂ ਨਾਨਕ ਦੀ। ਭਾਈ ਸਾਹਿਬ ਲਿਖਦੇ ਨੇ, ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ, ਮਾਨਸ ਉਤਾਰ ਤਾਰ ਦਰਸ਼ ਦਿਖਾਏ ਹੈ। ਹੇ ਮੇਰੇ ਪਰਮੇਸ਼ਰ, ਤੂੰ ਉਹ ਹੈ ਜਿਹਦੇ ਇੱਕ ਇੱਕ ਰੋਮ ਵਿੱਚ ਕਰੋੜਾਂ ਬ੍ਰਹਿਮੰਡ ਨੇ, ਕਰੋੜਾਂ। ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ, ਪਰ ਤੂੰ ਫਿਰ ਇੱਕ ਮਨੁੱਖ ਦੀ ਸ਼ਕਲ ਵਿੱਚ ਪੰਜ ਭੌਤਿਕ ਦੇਹ ਨੂੰ ਧਾਰਨ ਕੀਤਾ, ਮਾਨਸ ਉਤਾਰ ਧਾਰ ਦਰਸ਼ ਦਿਖਾਏ ਹੈ, ਮਨੁੱਖੀ ਜਾਮੇ ਵਿੱਚ ਆ ਗਿਆ, ਇਹ ਤੇਰੀ ਖੇਡ। ਸੰਸਾਰ ਦੇ ਅਗਿਆਨੀ ਲੋਕਾਂ ਨੂੰ ਭੁਲੇਖਾ ਹੋਏਗਾ ਵੀ ਮਾਤਾ ਤ੍ਰਿਪਤਾ ਦੀ ਕੁੱਖ ਦੇ ਵਿੱਚ ਗੁਰੂ ਨਾਨਕ ਬਾਕੀ ਸੰਸਾਰ ਦੇ ਸਰੀਰਾਂ ਦੀ ਤਰ੍ਹਾਂ ਗਰਭ ਦੇ ਵਿੱਚ ਪਲਦੇ ਰਹੇ। ਇਹ ਅਗਿਆਨੀ ਲੋਕਾਂ ਦਾ ਵਿਸ਼ਵਾਸ ਤਾਂ ਹੋ ਸਕਦਾ ਹੈ, ਸੂਝਵਾਨਾਂ ਦਾ ਨਹੀਂ। ਸੋ ਮੁਖ ਜਲੋ ਜੋ ਕਹੇ ਠਾਕਰ ਜੋਨੀ, ਉਹ ਸੜ ਜਾਏ ਮੂੰਹ ਜਿਹੜਾ ਕਹੇ ਕਿ ਰੱਬ ਜੂਨ ਵਿੱਚ ਆ ਗਿਆ।
ਜਨਮ ਮਰਨ ਤੇ ਰਹਿਤ ਕੌਣ ਨਾਰਾਇਣ, ਆਪ ਨਾਰਾਇਣ ਕਲਾਧਾਰ ਜਗ ਮੇਂ ਪਰਵਰਿਓ। ਬਾਣੀ ਦਾ ਸਿਧਾਂਤ ਦੇਖੋ ਕਿ ਦਰਿਆ ਰਹੇ ਨਹਿ ਉਹ ਜਨਮੇ ਨਹਿ ਉਹ ਮਰੇ, ਜਨਮ ਮਰਨ ਤੋਂ ਰਹਿਤ। ਸੋ ਇਸ ਵਾਸਤੇ ਜਨਮ ਮਰਨ ਦੁਹੂ ਮੈਂ ਨਾਹੀਂ, ਜੰਮਣ ਮਰਨ ਤੋਂ ਰਹਿਤ ਉਹ ਪਰਮੇਸ਼ਰ। ਸਰੀਰ ਧਾਰਨ ਕੀਤਾ ਮਾਲਕ ਨੇ, ਤੱਤ ਜੋੜੇ ਜਿਵੇਂ ਕਿਸੇ ਅਮੀਰ ਬੰਦੇ ਦਾ ਮਕਾਨ ਬਣਦਾ ਹੈ, ਕੋਠੀ ਬਣ ਰਹੀ ਹੈ, ਕਿਤੇ ਕਿਤੇ ਆਉਂਦਾ ਹੈ, ਗੇੜਾ ਮਾਰ ਕੇ ਫਿਰ ਮੁੜ ਜਾਂਦਾ ਹੈ, ਦੇਖਦੇ ਵੀ ਠੀਕ ਬਣ ਰਹੀ ਹੈ, ਮਟੀਰੀਅਲ ਠੀਕ ਲੱਗ ਰਿਹਾ, ਕੋਠੀ ਜਿਹੋ ਜੀ ਚਾਹੀਦੀ ਹੈ ਇਹ ਠੀਕ ਹੈ, ਮਜ਼ਦੂਰ ਕਾਮੇ ਲੱਗੇ ਹੋਏ। ਪੰਜੇ ਤੱਤ ਉਸ ਪਰਮਾਤਮਾ ਦੇ ਕਾਮੇ ਲਾ ਦਿੱਤੇ ਕਿ ਮੇਰੇ ਸਰੀਰ ਦੀ ਬਣਤਰ ਬਣਾ ਦਿਓ, ਇਹ ਸਰੀਰ ਨੂੰ ਮੈਂ ਵਰਤਣਾ ਹੈ। ਬਾਕੀ ਜੀਵਾਂ ਦੇ ਜੀਵ ਆਤਮਾ ਦੇ ਨਾਲ ਹੀ ਸਰੀਰ ਉੱਪਰ ਇਉਂ ਪੈਦਾ ਹੁੰਦਾ ਹੈ, ਜਿਵੇਂ ਹਰ ਬੀਜ ਦੇ ਉੱਤੇ ਉਹਦਾ ਛਿੱਲੜ ਆਪਣੇ ਆਪ ਪੈਦਾ ਹੁੰਦਾ ਹੈ। ਜਿਉਂ ਜਿਉਂ ਬੀਜ ਪੁੰਗਰਦਾ ਉਹਦੇ ਨਾਲ ਹੀ ਸਭ ਕੁਛ ਕੁਛ ਪੁੰਗਰਦਾ ਹੈ। ਪਰ ਅਵਤਾਰ ਦੀ ਦੇਹ ਜਿਹੜੀ ਹੈ ਇਹ ਵੱਖਰੀ ਬਣਦੀ ਹੈ, ਅਵਤਾਰ ਉਹਦੇ 'ਚ ਪ੍ਰਵੇਸ਼ ਨਹੀਂ ਕਰਦਾ ਉੱਨੀ ਦੇਰ ਤੱਕ ਜਿੰਨੀ ਦੇਰ ਤੱਕ ਉਹ ਮਾਤਾ ਦੇ ਉਦਰ ਵਿੱਚ ਹੈ ਦੇਹ। ਇਹਦਾ ਇੱਕ ਬਹੁਤ ਵੱਡਾ ਸਬੂਤ ਮਿਲਦਾ ਹੈ ਪੁਰਾਤਨ ਜਨਮ ਸਾਖੀ ਵਿੱਚ। ਇਹ ਵਿਚਾਰ ਦਾਸ ਬਾਅਦ ਵਿੱਚ ਆਪ ਜੀ ਨੂੰ ਬੇਨਤੀ ਕਰ ਦਿੰਦਾ ਹੈ। ਭਾਈ ਸਾਹਿਬ ਨੇ ਕਿਹਾ ਕਿ ਪਰਮੇਸ਼ਰ ਨੂੰ ਉਦੋਂ ਆਉਣਾ ਪਿਆ ਜੋ ਜਦੋਂ ਸੰਸਾਰ ਵਿੱਚ ਜਿਹੜਾ ਵੀ ਸਿਆਣਾ ਆਇਆ ਉਹਨੇ ਆਪਣਾ ਆਪਣਾ ਪੰਥ ਚਲਾ ਲਿਆ, ਜੋ ਜੋ ਹੋਤ ਪਏ ਜਗ ਸਿਆਣਾ ਤਿੰਨ ਤਿੰਨ ਆਪਣਾ ਪੰਥ ਚਲਾ। ਜਿੱਦਣ ਕਿਤੇ ਹਿਸਾਬ ਕਿਤਾਬ ਹੋਇਆ ਸਾਡੇ ਵਾਲੇ ਲਾਣੇ ਦਾ ਵੀ ਜਦੋਂ ਹਿਸਾਬ ਹੋਇਆ ਤਾਂ ਵੱਖਰੇ ਪੰਥਾਂ ਦਾ ਹਿਸਾਬ ਕਿਤਾਬ ਹੋਣਾ ਹੈ ਉੱਥੇ ਵੀ ਜਿਹੜੀਆਂ ਗੱਲਾਂ 'ਤੇ ਮੈਂ ਸੰਸਾਰ ਨੂੰ ਰੋਕਿਆ ਤੁਸੀਂ ਵੀ ਉਹੀ ਕਰਕੇ ਬਹਿ ਗਏ। ਇੱਕ ਸਿਧਾਂਤ ਦਿੱਤਾ ਤੁਹਾਨੂੰ, ਇੱਕ ਗੁਰੂ ਦਿੱਤਾ ਗੁਰੂ ਗ੍ਰੰਥ ਸਾਹਿਬ, ਇਹ ਵੱਖਰੇ ਵੱਖਰੇ ਕਿਉਂ ਹੋ ਗਏ ਫਿਰ ਤੁਸੀਂ? ਭਾਈ ਸਾਹਿਬ ਫਰਮਾਨ ਕਰਦੇ ਨੇ ਕਿ ਕੱਲ ਆਈ ਕੁੱਤੇ ਮੂਹੀ ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਉਂਦੇ। ਗੁਰੂ ਨਾਨਕ ਨੂੰ ਉਦੋਂ ਆਉਣਾ ਪਿਆ, ਉਹ ਰਾਜਿਓ ਤੁਹਾਡੇ 'ਚ ਤਾਂ ਧਰਮ ਦੀ ਅੰਸ਼ ਚਾਹੀਦੀ ਸੀ, ਤੁਸੀਂ ਤਾਂ ਪਰਜਾ ਦੇ ਮਾਂ ਪਿਓ ਸੀ। ਬਹੁਤ ਵੱਡੀ ਬੇਇਨਸਾਫੀ ਰਾਜਿਆਂ ਵੱਲੋਂ ਹੋਈ। ਗੁਰੂ ਗੋਬਿੰਦ ਸਿੰਘ ਜੀ ਨੇ ਚਾਰ ਰਾਜਧਾਨੀਆਂ ਧਰਮ ਦੀਆਂ ਮੰਨੀਆਂ। ਚੱਲੀ ਜਗਤ ਕੀ ਪਾਪ ਕਹਾਣੀ, ਭਾਜਾ ਧਰਮ ਛਾੜ ਰਾਜਧਾਨੀ। ਕੋਈ ਰਾਜਾ ਰਾਜਧਾਨੀ ਛੱਡ ਕੇ ਉਦੋਂ ਭੱਜਦਾ ਜਦੋਂ ਉਹਨੂੰ ਰਾਜਧਾਨੀ ਨਾਲੋਂ ਆਪਣੀ ਜਾਨ ਦੀ ਪੈ ਜਾਏ। ਰਾਜਧਾਨੀ ਤਾਂ ਫਿਰ ਵੀ ਬਣਾ ਲਾਂਗੇ, ਜਾਨ ਬਚਣੀ ਚਾਹੀਦੀ ਹੈ। ਧਰਮ ਨੂੰ ਭੱਜਣਾ ਪਿਆ। ਚਾਰੇ ਰਾਜਧਾਨੀਆਂ ਸਨ, ਉਹਨਾਂ ਦੇ ਵਿੱਚੋਂ ਤੀਰਥ ਜਿਹੜੇ ਸਨ ਇਹ ਵੀ ਧਰਮ ਦੀ ਰਾਜਧਾਨੀ ਸੀ। ਇੱਥੋਂ ਧਰਮ ਪ੍ਰਫੁੱਲਿਤ ਹੁੰਦਾ ਸੀ, ਤੀਰਥਾਂ 'ਤੇ ਪਾਪ ਹੋਣ ਲੱਗ ਪਏ। ਬ੍ਰਾਹਮਣ ਲੋਕ ਇਹ ਵੀ ਰਾਜਧਾਨੀ ਸੀ ਧਰਮ ਦੀ,
ਐਸੇ ਬ੍ਰਾਹਮਣ ਡੂਬੇ ਪਾਈ ਨਿਰਾਪਰਾਧ ਚਿਤ ਮੈਂਬਰੇ ਆਈ। ਜਾਤੀ ਪਾਤੀ ਦੇ ਵਿਤਕਰੇ ਵਿੱਚ ਫਸ ਕੇ ਆਪਣੇ ਸਵਾਰਥ ਵਿੱਚ ਬਹੁਤ ਬੁਰਾ ਕੀਤਾ। ਵਹਿਮ ਭਰਮ ਪਖੰਡ ਕੁਛ ਬ੍ਰਾਹਮਣ ਜਪੀ ਤਪੀ ਰਹੇ ਨੇ, ਬਾਕੀ ਬਹੁਤਾ ਪਖੰਡ ਫੈਲ ਗਏ, ਧਰਮ ਇੱਥੋਂ ਲੁਪ ਹੋ ਗਏ। ਧਰਮ ਦੀ ਰਾਜਧਾਨੀ ਸੀ ਸੰਤ ਲੋਕ, ਰਹੇ ਉਹ ਸੰਤ ਹੋਣ ਟੋਲ, ਸਾਧ ਬਹੁਤ ਤੇਰੇ ਡਿੱਠੇ, ਉਹਦੇ ਵਿੱਚ ਪਖੰਡ ਦਾ ਬੋਲਬਾਲਾ ਹੋ ਗਿਆ। ਲਿਵਾਸੇ ਖਿਜ਼ਰ ਮੇਂ ਅਨੇਕੋਂ ਰਾਹਜ਼ਨ ਭੀ ਰਹਤੇ ਹੈ, ਅਗਰ ਦੁਨੀਆਂ ਮੇਂ ਰਹਿਣਾ ਹੈ ਤੋ ਕੁਛ ਪਹਿਚਾਨ ਪੈਦਾ ਕਰ। ਫਕੀਰੀ ਲਿਬਾਸ ਵਿੱਚ ਬਹੁਤ ਵੰਚਕ ਲੋਕ ਵੀ ਹੋ ਗਏ। ਧਰਮ ਦੀ ਰਾਜਧਾਨੀ ਸੀ ਰਾਜੇ ਲੋਕ, ਤਿੰਨਾਂ ਰਾਜਧਾਨੀਆਂ ਦੀ ਕੋਈ ਵਿਆਖਿਆ ਦੀ ਬਾਤ ਨਹੀਂ, ਸਿਰਫ ਨਮੂਨੇ ਮਾਤਰ ਮੈਂ ਆਪ ਜੀ ਨੂੰ ਬੇਨਤੀ ਰਾਜਿਆਂ ਦੀ, ਜਿਹੜੀ ਧਰਮ ਦੀ ਰਾਜਧਾਨੀ ਸੀ ਇਹ, ਜਿੱਥੋਂ ਪਰਜਾ ਨੂੰ ਧਰਮੀ ਬਣਾਇਆ ਜਾਣਾ ਸੀ, ਉਹਨਾਂ ਦੀ ਹਾਲਤ ਕੀ ਹੋ ਗਈ? ਉਹਨਾਂ ਦੀ ਹਾਲਤ ਵਿੱਚ ਜੇ ਆਪਾਂ ਰਾਜਿਆਂ ਦੀ ਉਸ ਵੇਲੇ ਦੀ ਗੱਲ ਕਰਦੇ ਹਾਂ ਤਾਂ ਗੁਰੂ ਪਿਆਰੇ ਬਹੁਤ ਲੰਮੀ ਕਤਾਰ ਹੈ ਰਾਜਿਆਂ ਦੀ, ਪਰ ਉਹਦੇ ਵਿੱਚੋਂ ਮੈਂ ਦੋ ਤਿੰਨ ਕੁ ਰਾਜਿਆਂ ਦੇ ਨਾਮ ਆਪ ਜੀ ਨੂੰ ਦੱਸਣ ਲੱਗੇ ਹਾਂ। ਕੁਤਬਦੀਨ ਏਵਕ ਹੋਇਆ ਇੱਕ, ਇਹਨੇ ਆਪਣੇ ਰਾਜ ਵਿੱਚ ਹਿੰਦੁਸਤਾਨ ਦੀਆਂ ਬੱਚੀਆਂ ਨੂੰ ਪਕੜ ਪਕੜ ਕੇ ਵੇਚਣ ਦਾ ਧੰਦਾ ਸ਼ੁਰੂ ਕਰਾਇਆ। ਇੱਥੋਂ ਗਜਨੀ ਦੇ ਵਿੱਚ ਜਾ ਜਾ ਕੇ ਵਪਾਰ ਹੋਣਾ ਸ਼ੁਰੂ ਕੀਤਾ, ਵਿਸ਼ੇਸ਼ ਕਰਕੇ ਹਿੰਦੁਸਤਾਨ ਦੀਆਂ ਧੀਆਂ ਹਿੰਦ ਧਰਮ ਦੀਆਂ ਇਹ ਜਾ ਕੇ ਵਿਕਣ ਲੱਗੀ। ਬਹੁਤ ਵੱਡੇ ਜ਼ੁਲਮ ਕੀਤੇ ਅਤੇ ਫਿਰ ਇਸਨੇ ਨਵੇਂ ਨਵੇਂ ਤਰੀਕਿਆਂ ਦੇ ਨਾਲ ਹਿੰਦ ਵਾਸੀਆਂ ਨੂੰ ਤੰਗ ਕੀਤਾ ਜਾਂਦਾ। ਇਸ ਤੋਂ ਬਾਅਦ ਅਲਾਉਦੀਨ ਖਿਲਜੀ ਆਉਂਦਾ ਹੈ, ਕਲੰਜਰ ਵਰਗੇ ਸ਼ਹਿਰ ਉਹਨੇ ਮੰਦਰਾਂ ਦੇ ਨਾਲ ਸ਼ਿੰਗਾਰੇ ਹੋਏ, ਉਹਨਾਂ ਦਾ ਚੂਨਾ ਬਣਾ ਬਣਾ ਕੇ ਮਸੀਤਾਂ ਨੂੰ ਲਾ ਦਿੱਤਾ, ਮੇਰਠ ਦੇ ਵਿੱਚ ਸਾਰੇ ਮੰਦਰ ਢਾ ਦਿੱਤੇ। ਥਾਂ ਥਾਂ 'ਤੇ ਕਤਲਗਾਹਾਂ ਬਣਾਈਆਂ, ਕਹਿੰਦੇ ਜਲਾਦਾਂ ਨੂੰ ਦੂਰ ਜਾ ਕੇ ਜਾਂ ਫਿਰ ਸਿਪਾਹੀਆਂ ਨੂੰ ਦੂਰ ਤੋਂ ਪਕੜ ਕੇ ਲਿਆ ਕੇ ਕਤਲਗਾਹ ਦੇ ਵਿੱਚ ਇਹ ਖੇਚਲ ਹੁੰਦੀ ਹੈ, ਇਹ ਬਿਹਤਰੀ ਲਈ ਕਤਲਗਾਹਾਂ ਥਾਂ ਥਾਂ ਬਣਾ ਦਿੱਤੀਆਂ ਜਾਣ। ਜਿਹੜਾ ਇਸਲਾਮ ਕਬੂਲ ਹੈ ਠੀਕ ਹੈ, ਨਹੀਂ ਕਤਲ ਕਰਦੇ। ਕਿਹੜਾ ਜ਼ੁਲਮ ਹੈ ਜਿਹੜਾ ਉਸ ਵੇਲੇ ਨਹੀਂ ਕੀਤਾ ਗਿਆ? ਮੁਸਲਮਾਨ ਹਾਕਮ ਨੇ ਆਉਣਾ ਹੁੰਦਾ ਸੀ, ਹੁਕਮ ਹੁੰਦਾ ਸੀ ਕਿ ਉੱਥੇ ਕਾਫਰ ਬਿਠਾਇਆ ਜਾਏ। ਕਾਹਦੇ ਵਾਸਤੇ? ਜਲੀਲ ਕਰਨ ਵਾਸਤੇ। ਜਾਂ ਤਾਂ ਇਸਲਾਮ ਨੂੰ ਧਾਰਨ ਕਰ ਲੈ ਅਤੇ ਨਹੀਂ ਫਿਰ ਇੱਥੇ ਤੱਕ ਜ਼ਮੀਰ ਮਾਰ ਦਿੱਤੀ। ਤਵਾਰੀਖ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਹਾਕਮ ਨੂੰ ਖੰਘਾਰ ਆਵੇ ਉਦੋਂ ਕਾਫਰ ਮੂੰਹ ਅੱਡੇ ਅਤੇ ਹਾਕਮ ਉਹਦੇ ਮੂੰਹ ਦੇ ਵਿੱਚ ਥੁੱਕੇ, ਫਿਰ ਉਹਨੂੰ ਜ਼ਲੀਲ ਕਰੇ, ਉਹਨੂੰ ਕਹੇ ਵੀ ਤੇਰੀ ਇਹ ਮਰਜ਼ੀ ਹੈ, ਜੇ ਤੂੰ ਦੂਰ ਜਾ ਕੇ ਥੁੱਕੇ ਆਉਣਾ ਚਾਹੁੰਦਾ
ਮੁੱਖ ਪੀਕਦਾਨੀਆਂ ਬਣਾ ਦਿੱਤੇ, ਮਨੁੱਖ ਦੀ ਗੈਰਤ ਮਾਰ ਦਿੱਤੀ ਬਿਲਕੁਲ। ਫਿਰ ਧਰਤੀ ਕੰਬ ਕੇ ਪੁਕਾਰ ਨਾ ਕਰਦੀ ਤਾਂ ਕੀ ਹੁੰਦਾ? ਇਹਨਾਂ ਤੋਂ ਵੱਡੇ ਜ਼ੁਲਮ ਕਰਨ ਵਾਲਾ ਹੋਇਆ ਅਮੀਰ ਤੈਮੂਰ। ਸੁਣਿਆ ਹੋਏਗਾ ਨਾਂ ਆਪ ਜੀ ਨੇ, ਜਿਹੜੇ ਥੋੜ੍ਹੇ ਬਹੁਤ ਹਿਸਟਰੀ ਪੜ੍ਹਨ ਦਾ ਸੁਭਾਅ ਰੱਖਦੇ ਹੋ। ਅਮੀਰ ਤੈਮੂਰ ਨੇ ਪਟਨੇਰ ਦੇ ਵਿੱਚ 5000 ਬ੍ਰਾਹਮਣ ਮੁਖੀ ਮੁਖੀ ਇਕੱਠੇ ਕਰਕੇ ਇੱਕ ਦਿਨ ਵਿੱਚ ਕਤਲ ਕੀਤੇ, ਔਰ ਇਸ ਦਾ ਮਾਰਨ ਦਾ ਤਰੀਕਾ ਵੀ ਅਲੱਗ ਸੀ। ਇਹ ਜਿਉਂਦਿਆਂ ਨੂੰ ਕੋਠੇ ਵਿੱਚ ਬੰਦ ਕਰਕੇ ਜਿਉਂਦਿਆਂ ਨੂੰ ਅੱਗ ਲਾ ਕੇ ਸਾੜਦਾ ਸੀ। ਪੰਜ ਹਜ਼ਾਰ ਪਟਨੇਰ ਵਿੱਚ, 14000 ਮੁਖੀ ਬ੍ਰਾਹਮਣ ਅਯੁੱਧਿਆ ਵਿੱਚ, ਇੱਕ ਦਿਨ ਦੇ ਵਿੱਚ ਹੀ ਉਹਨਾਂ ਬ੍ਰਾਹਮਣਾਂ ਨੂੰ ਕੋਠਿਆਂ ਵਿੱਚ ਰੱਖ ਕੇ ਤੀਲਾ ਲਾ ਦਿੱਤਾ, ਅੱਗ ਲਾ ਦੇ, ਤੜਫ ਤੜਫ ਕੇ ਮਰੇ ਅਯੁੱਧਿਆ ਦੇ ਵਿੱਚ ਬ੍ਰਾਹਮਣ, ਰਾਮ ਦਾ ਨਾਮ ਲੈਣ ਵਾਲੇ। ਅਪਰਾਧ ਕੀ ਸੀ? ਉਹ ਰਾਮ ਦਾ ਨਾਮ ਲੈਂਦੇ ਸੀ। ਅਤੇ ਇਸੇ ਤਰ੍ਹਾਂ 29000 ਇੱਕ ਥਾਂ, 33000 ਇੱਕ ਥਾਂ, ਬਨਾਰਸ ਦੇ ਵਿੱਚ 33000 ਇੱਕ ਦਿਨ ਵਿੱਚ, 81000 ਬ੍ਰਾਹਮਣਾਂ ਦਾ ਇੱਕ ਦਿਨ ਵਿੱਚ ਮਾਰ ਦੇਣਾ ਅੱਗ ਲਾ ਕੇ ਫੂਕ ਕੇ, ਕੋਈ ਛੋਟੀ ਜਿਹੀ ਬਾਤ ਨਹੀਂ। 81000 ਬ੍ਰਾਹਮਣ ਇੱਕ ਦਿਨ ਵਿੱਚ ਕੋਠਿਆਂ 'ਚ ਬੰਦ ਕਰਕੇ ਅਮੀਰ ਤੈਮੂਰ ਦੇ ਹੁਕਮ ਨਾਲ ਖਤਮ ਕੀਤੇ ਗਏ। ਫਿਰ ਭਾਈ ਗੁਰਦਾਸ ਇਹ ਨਾ ਕਹਿੰਦਾ ਕਿ ਕੱਲ ਆਈ ਕੁੱਤੇ ਮੂੰਹੀ ਖਾਜ ਹੋਆ ਮੁਰਦਾਰ ਗਸਾਈ, ਰਾਜੇ ਪਾਪ ਕਮਾਮ ਦੇ ਉਲਟੀ ਬਾੜ, ਉਲਟੀ ਬਾੜ ਖੇਤ ਨੂੰ ਖਾਵੇ ਰਾਜੇ ਪਾਪ ਕਮਾਵੇ, ਬਾੜ ਖੇਤ ਨੂੰ ਖਾਵੇ ਰਾਜੇ ਪਾਪ ਕਮਾਉਂਦੇ ਨੇ, ਤੂੰ ਖਾਵੇ ਰਾਜੇ ਪਾਪ ਕਮਾਉਂਦੇ, ਬਾੜ ਕੇ ਤੂੰ ਖਾਵੇ ਰਾਜੇ ਪਾਪ ਕਮਾਉਂਦੇ, ਬਾੜ ਕੇ ਤੂੰ ਖਾਵੇ ਰਾਜੇ ਪਾਪ ਕਮਾਉਂਦੇ ਨੇ, ਉੱਡੀ ਬਾੜ ਕੇ ਤੂੰ ਖਾਵੇ ਰਾਜੇ ਪਾਪ ਕਮਾਉਂਦੇ ਨੇ। ਰਾਜੇ ਪਾਪ ਕਮਾਉਂਦੇ ਨੇ, ਰਾਜੇ ਪਾਪ ਕਮਾਉਂਦੇ ਨੇ।
ਖੇਤ ਨੂੰ ਗਾਵੇ ਰਾਜੇ ਪਾਪ ਕਮਾਉਂਦੇ ਨੇ ਕੀ ਵਾੜ ਖੇਤ ਨੂੰ ਗਾਵੇ ਰਾਜੇ ਪਾਪ ਕਮਾਉਂਦੇ ਨੇ ਰਾਜੇ ਪਾਪ ਕਮਾਉਂਦੇ ਉਲਟੀ ਬਾੜ ਖੇਤ ਕੋ ਖਾਏ ਪਰਜਾ ਅੰਧੀ ਗਿਆਨ ਕੂੜ ਕਸਤ ਮੁਖੋ ਬੁਲਾਏ ਭਾਈ ਗੁਰਦਾਸ ਨੇ ਸੱਚ ਕਹਿਣ ਲੱਗਿਆਂ ਜ਼ਰੂਰਤ ਕੀਤੀ ਹੈ ਕੋਈ ਲਿਹਾਜ਼ ਨਹੀਂ ਕਿਸੇ ਦਾ ਰੱਖਿਆ ਉਸ ਵੇਲੇ ਦੇ ਗੁਰੂਆਂ ਦੀ ਵੀ ਗੱਲ ਕੀ ਚੇਲੇ ਸਾਜ ਵਜਾਏ ਦੇ ਨੱਚਣ ਗੁਰੂ ਬਹੁਤ ਵਿਧ ਭਾਈ ਤੇ ਫਿਰ ਸੇਵਕ ਬੈਠਣ ਘਰਾਂ ਵਿੱਚ ਗੁਰ ਉੱਠ ਘੜੀ ਤੇ ਨਾੜੇ ਜਾਏ ਭਾਈ ਗੁਰਦਾਸ ਕਹਿੰਦੇ ਇਸਤਰੀ ਜਾਤੀ ਵਿੱਚ ਪੁਰਸ਼ ਜਾਤੀ ਵਿੱਚ ਕੋਈ ਧਰਮ ਨਾ ਰਿਹਾ ਇਸਤਰੀ ਪੁਰਖ ਹੈ ਦਾਮ ਹਿੱਤ ਭਾਵੇਂ ਆਓ ਕਿਥਾਓ ਜਾਏ ਵਰਤਿਆ ਪਾਪ ਸਭ ਜਗ ਮਾਏ ਰਤ ਪੀਣੇ ਰਾਜੇ ਸਿਰੇ ਉੱਪਰ ਰੱਖੀ ਹੈ ਜਦੋਂ ਇਹ ਅੰਧਾ ਧੁੰਦ ਵਰਤ ਗਈ ਫਿਰ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਆਪ ਪਰਮੇਸ਼ੁਰ ਨਾਨਕ ਨਾਮ ਕੀ ਹੈ ਨਾਨਕ ਨਾਮ ਨਿਰੰਜਨ ਜਾਨੋ ਨਿਰੰਜਨ ਦੇ ਅਰਥ ਕੀ ਨੇ ਅੰਜਨ ਦਾ ਅਰਥ ਹੈ ਸੁਰਮਾ ਅੰਜਨ ਕਹਿੰਦੇ ਜੋ ਸੁਰਮਾ ਅੱਖਾਂ ਵਿੱਚ ਪਾਇਆ ਜਾਂਦਾ ਹੈ ਅਤੇ ਸੁਰਮੇ ਦੇ ਵਿੱਚ ਕਾਲਸ਼ ਹੁੰਦੀ ਹੈ ਇਸ ਲਈ ਅੱਖਾਂ ਵਿੱਚ ਪਾਇਆ ਜਾਂਦਾ ਸੀ ਚਲੋ ਗੁਣ ਵੀ ਹੈਗੇ ਪਰ ਉਹ ਗੁਣਾਂ ਵਾਲਾ ਸੁਰਮਾ ਜਿਹੜਾ ਵੈਦ ਲੋਕ ਤਿਆਰ ਕਰਦੇ ਸੀ ਬੜੇ ਤਰੀਕੇ ਦੇ ਨਾਲ ਉਹ ਤਾਂ ਗਈ ਆਈ ਬਾਤ ਅਤੇ ਹੁਣ ਤਾਂ ਦਿਨ ਪਰ ਦਿਨ ਫੈਸ਼ਨ ਇਹੋ ਜਿਹੇ ਚੱਲ ਰਹੇ ਨੇ ਸੁਰਮਾ ਤਾਂ ਕੀ ਹੁਣ ਤਾਂ ਜਿਹੜੇ ਅੱਖਾਂ ਦੇ ਬਾਲ ਥੋੜ੍ਹੇ ਬਹੁਤੇ ਚਾਰ ਕੇ ਇਹ ਵੀ ਨਹੀਂ ਛੱਡਣੇ ਲੋਕਾਂ ਨੇ ਇਹ ਵੀ ਖਤਮ ਕਰ ਰਹੇ ਨੇ ਇਹਦੇ ਮਗਰ ਬਹੁਤ ਪੈ ਗਈਆਂ ਬੀਬੀਆਂ ਕਹਿੰਦੇ ਥਾਂ ਥਾਂ 'ਤੇ ਉਹ ਬਣੇ ਨੇ ਜਿੱਥੇ ਮੂੰਹ ਸਿਰ ਜਾਂ ਦੁਬਾਰੇ ਤਿਆਰ ਕਰਾਉਂਦੇ ਰੱਬ ਤੋਂ ਰੱਬ ਦੇ ਸ਼ਰੀਕ ਬਣਦੇ ਆ ਕਹਿੰਦੇ ਸ਼ਕਲ ਵਧੀਆ ਬਣਦੇ ਰੱਬ ਨੇ ਤਾਂ ਨਹੀਂ ਸ਼ਕਲ ਬਣੀ ਰੱਬ ਤੋਂ ਨਹੀਂ ਬਣੀ ਹੁਣ ਇਹ ਬਣਾਉਣਗੇ ਵਧੀਆ ਸ਼ਕਲ ਰਿਸ਼ਤੇ ਵਾਲੇ ਨੂੰ ਭੁਲੇਖੇ ਪਾਉਣ ਵਾਸਤੇ ਨਕਲੀ ਕੰਮ ਚੱਲ ਪਏ ਨਕਲੀ ਕਹਿੰਦੇ ਜੀ ਹੁਣ ਸੁੰਦਰਤਾ ਕਿਸੇ ਦੀ ਮੁਹਤਾਜ ਨਹੀਂ ਰਹੀ ਦੇਖੋ ਅਕਲ ਦੇਖੋ ਇਹਨਾਂ ਲੋਕਾਂ ਦੀ ਸੁੰਦਰਤਾ ਸ਼ਕਲ ਵਿੱਚ ਹੀ ਹੁੰਦੀ ਹੈ ਸੁੰਦਰਤਾ ਅਕਲ ਵਿੱਚ ਹੁੰਦੀ ਹੈ ਜੇ ਅਕਲ ਸੁੰਦਰ ਨਹੀਂ ਸ਼ਕਲ ਦੀ ਧੇਲੀ ਕੀਮਤ ਨਹੀਂ ਪੈਂਦੀ ਯੂਸਫ ਸਾਰੀ ਦੁਨੀਆ 'ਚੋਂ ਸੋਹਣਾ ਸੀ ਇੱਕ ਟਕਾ ਮੁੱਲ ਪਿਆ ਸੀ ਸਾਰੇ ਅੰਜਨ ਦਾ ਅਰਥ ਹੈ ਸੁਰਮਾ ਸੁਰਮਾ ਹੁੰਦਾ ਹੈ ਕਾਲਾ ਅਤੇ ਇੱਥੇ ਅਰਥ ਲਿਆ ਕਿ ਜਿਸ ਵਿੱਚ ਮਾਇਆ ਰੂਪੀ ਕਾਲਸ਼ ਤੋਂ ਨਿਰਕਈ ਰਹਿਤ ਹੋਵੇ ਨਿਰਜਮਾ ਅੰਜਨ ਨਿਰੰਜਨ ਅੰਜਨ ਸੰਸਾਰ ਨਿਰੰਜਨ ਪਰਮਾਤਮਾ ਆ ਸਾਰਾ ਅੰਜਨ ਹੈ ਕਾਜਲ ਕੋਠਰੀ ਹੈ ਸਾਰੀ ਅੰਜਨ ਮਹਿ ਨਿਰੰਜਨ ਰਹੀ ਹੈ ਨਿਰਅੰਜਨ ਸ਼ੁੱਧ ਸਰੂਪ ਮਾਇਆ ਦੀ ਕਾਲਖ ਤੋਂ ਰਹਿਤ ਇਸ ਲਈ ਉਹਨੂੰ ਕਿਹਾ ਆਦਿ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ ਉਹ ਸਤਿਗੁਰੂ ਮਹਾਰਾਜ
ਸੰਸਾਰ ਦੇ ਭਾਗ ਜਾਗੇ, ਸੰਸਾਰ ਦੇ ਜੀਵਾਂ ਦੀ ਕਲਿਆਣ ਵਾਸਤੇ ਨਾਮ ਨਾਨਕ ਰਖਾਇਆ, ਅਨਕੰਗਨ ਵਿਦਤੇ ਜਸ ਮਨਸਾ ਸਾ ਨਾਲ। ਮਹਾਂਰਿਸ਼ੀ ਵਿਆਸ ਵਰਗਿਆਂ ਨੇ ਇੱਕ ਯੁੱਗ ਪਹਿਲਾਂ, ਗੁਰੂ ਨਾਨਕ ਦੇ ਆਉਣ ਤੋਂ ਇੱਕ ਯੁੱਗ ਪਹਿਲਾਂ ਭਵਿੱਖਬਾਣੀ ਕਰ ਦਿੱਤੀ, ਭਵਿੱਖਿਅਤ ਪੁਰਾਣ ਵਿੱਚ ਲਿਖ ਦਿੱਤਾ। 12 ਸਲੋਕ ਸੰਸਕ੍ਰਿਤ ਦੇ ਭਵਿੱਖਤ ਪੁਰਾਣ ਵਿੱਚ ਗੁਰੂ ਨਾਨਕ ਦੇ ਆਗਮਨ ਵਿੱਚ ਹਨ। ਏਵੰ ਵਹਿ ਧਰਮ ਬ੍ਰਿਚਰੀਆਂ ਵੇਖਦੀ ਜਦਾ ਕਰੂ, ਤਦਾ ਵੈ ਲੋਕ ਰਖਿਆਰਥੰਗ ਮਿਲੇ ਸ਼ਾਹ ਨਾਨਾ ਸਵੇ ਸਵੇ ਪਛਮੇ ਸੁਭੇ ਦੇਸੇ ਬੇਦੀ ਵੰਸਚ ਨਾਨਕ। ਦੱਸ ਦਿੱਤਾ ਕਿਸ ਥਾਂ 'ਤੇ ਪੈਦਾ ਹੋਣਾ ਹੈ, ਉਹ ਸੰਸਾਰ ਨੂੰ ਤਾਰਨ ਵਾਸਤੇ। ਰਾਜੇ ਸੀ ਮੁਕੱਦਮ ਕੁੱਤੇ, ਰਾਜਿਆਂ ਦੇ ਸਾਹਮਣੇ ਖੜ ਕੇ ਉਹਨਾਂ ਨੂੰ ਕੁੱਤੇ ਸ਼ਬਦ ਕਹਿਣ ਵਾਲਾ, ਉਸ ਵੇਲੇ ਬਾਬਰ ਵਰਗਿਆਂ ਨੂੰ ਬਾਬਰ ਦੇ ਸਾਹਮਣੇ ਜਾਵਰ ਕਹਿਣ ਵਾਲਾ ਗੁਰੂ ਨਾਨਕ ਹੀ ਹੋ ਸਕਦਾ, ਹੋਰ ਨਹੀਂ। ਸਤਿਗੁਰੂ ਨੇ, ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਸੁਣੀ ਪੁਕਾਰ ਦਾਤਾਰ ਪ੍ਰਭ। ਦਾਤੇ ਨੇ ਪੁਕਾਰ ਜੀਵਾਂ ਦੀ ਸੁਣ ਲਈ। ਪ੍ਰਕਿਰਤੀ ਦਾ ਇੱਕ ਅਸੂਲ ਹੈ, ਸਿਆਣੇ ਪੁਰਸ਼ ਉੱਥੋਂ ਅਨੁਮਾਨ ਲਾਉਂਦੇ ਨੇ, ਜਿਸ ਵਾਰੀ ਬਹੁਤ ਗਰਮੀ ਪਵੇ, ਲੋੜਿਆਂ ਦੀ ਗਰਮੀ ਹੋਵੇ, ਅੱਤ ਦਰਜੇ ਦੀ ਗਰਮੀ ਅੱਤ ਕਰ ਦੇਵੇ, ਉਦੋਂ ਫਿਰ ਬਜ਼ੁਰਗ ਕਹਿੰਦੇ ਨੇ, ਭਾਈ ਐਤਕੀ ਬਾਰਿਸ਼ ਬਹੁਤ ਹੋਏਗੀ, ਕਿਉਂ? ਗਰਮੀ ਜ਼ਿਆਦਾ ਪਈ। ਜਦੋਂ ਪਾਪ ਬਹੁਤੇ ਹੋਣ ਤਾਂ ਸਤਿਪੁਰਸ਼ ਕਹਿੰਦੇ ਨੇ ਕਿ ਹੁਣ ਕੋਈ ਸ਼ਕਤੀ ਵਾਲਾ ਰੱਬੀ ਅਵਤਾਰ ਆਉਣ ਦਾ ਸਮਾਂ ਆ ਗਿਆ, ਕਿਉਂਕਿ ਪਾਪ ਬਹੁਤੇ ਹੋਣ ਲੱਗ ਪਏ। ਆਏ ਸੰਸਾਰ ਦੇ ਅੰਦਰ ਆਉਣ ਦੀ ਵੀ ਬੜੀ ਅਜੀਬ ਕਹਾਣੀ ਹੈ। ਭਾਈ ਬਾਲੇ ਵਾਲੀ ਜਿਹੜੀ ਹੁਣ ਜਨਮ ਸਾਖੀ ਮਿਲਦੀ ਹੈ, ਇਹਦੇ ਵਿੱਚ ਤਾਂ ਉਹ ਮੈਂ ਦੇਖਿਆ ਪ੍ਰਾਤਨ ਜਨਮ ਸਾਖੀ ਵਾਲੀਆਂ ਬਹੁਤ ਬਾਤਾਂ ਨਹੀਂ ਹੈ, ਬਹੁਤ ਹੀ ਕੀਮਤੀ ਗੱਲਾਂ ਜਿਹੜੀਆਂ ਨੇ ਉਹ ਛੱਡ ਦਿੱਤੀਆਂ, ਪਤਾ ਨਹੀਂ ਕਿਉਂ। ਜਨਮ ਵੇਲੇ ਦੀ, ਸਰੀਰ ਦਾ ਜਨਮ ਹੈ, ਗੁਰੂ ਨਾਨਕ ਦਾ ਜਨਮ ਨਹੀਂ, ਉਹ ਅਜਨਮ ਹੈ। ਸਰੀਰ ਦੇ ਪੈਦਾ ਹੋਣ ਵੇਲੇ ਦੀਆਂ ਘਟਨਾ 'ਚ ਬੜਾ ਅੰਤਰਾ ਪਾ ਦਿੱਤਾ ਹੁਣ ਦੇ ਲਿਖਾਰੀਆਂ, ਜਨਮ ਸਾਖੀ ਵਿਗਾੜ ਦਿੱਤੀ ਅਸਲ ਵਿੱਚ। ਹੱਥ ਲਿਖਤ ਜਨਮ ਸਾਖੀ ਅਮੈਰੀਕਾ ਕੈਲੀਫੋਰਨੀਆ ਦੇ ਵਿੱਚ, ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਵਿੱਚ ਮੈਂ ਦੇਖੀ ਹੈ, ਭਾਈ ਮੁਖਤਿਆਰ ਸਿੰਘ ਦੇ ਘਰ ਉਹ ਲੈ ਆਇਆ ਸੀ, ਥੋੜ੍ਹੀ ਜਿਹੀ ਦੇਖੀ ਪੜ੍ਹਨ ਵਾਸਤੇ, ਬੜਾ ਅੰਤਰ ਨਿਕਲਿਆ। ਉਹਦੇ ਵੀ ਜ਼ਿਕਰ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਸੰਸਾਰ ਦੇ ਅੰਦਰ ਸਰੀਰ ਨੂੰ ਪ੍ਰਗਟ ਕਰਨਾ ਸੀ, ਸਰੀਰ ਅਜੇ ਪ੍ਰਗਟ ਨਹੀਂ ਸੀ ਹੋਇਆ, ਮਾਤਾ ਤ੍ਰਿਪਤਾ ਨੂੰ ਐਸਾ ਮਹਿਸੂਸ ਹੁੰਦਾ ਸੀ ਕਿ ਬੱਚੇ ਦੇ ਜਨਮ ਲੈਣ ਦਾ ਸਮਾਂ ਹੋ ਗਿਆ,